ਸੰਤ ਰਾਮ ਸਿੰਘ ਨਾਨਕਸਰ ਵਾਲੇ ਸਿਰਫ ਪਰਮਾਰਥ ਦੇ ਪੰਥੀ ਨਹੀਂ ਸੀ, ਸਗੋਂ ਸੋਹਜ ਸ਼ਾਸਤਰੀ ਸੱਜਣ ਪਿਆਰੇ ਸਨ, ਔਰ ਉਹਨਾਂ ਨੇ ਜਿਹੜਾ ਆਪਣਾ ਵਕਤ ਗੁਜ਼ਾਰਿਆ ਗੁਰਬਾਣੀ ਸੰਗੀਤ ਨਾਲ, ਜ਼ਿੰਦਗੀ ਦਾ ਹੁਸਨ ਗੁਰਬਾਣੀ ਦੇ ਵੱਖ ਵੱਖ ਪ੍ਰਸੰਗਾਂ ਦੇ ਵਿੱਚ ਪੇਸ਼ ਕਰਕੇ, ਉਹ ਆਪਣੇ ਆਪ 'ਚ ਹੀ ਬੇਮਿਸਾਲ ਹੈ। ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕੋਟਲਾ ਸ਼ਾਹੀਆ 'ਚ ਪੈਦਾ ਹੋ ਕੇ 4 ਸਾਲ ਦੀ ਉਮਰ 'ਚ ਨਾਨਕਸਰ ਸਾਹਿਬ ਆ ਗਏ, ਔਰ ਇੱਥੇ ਰਹਿ ਕੇ ਪਹਿਲਾਂ ਸੰਤ ਬਾਬਾ ਕੁੰਦਨ ਸਿੰਘ ਜੀ ਕੋਲ ਔਰ ਫਿਰ ਸੰਤ ਬਾਬਾ ਸਾਧੂ ਸਿੰਘ ਜੀ ਕੋਲ ਉਹਨਾਂ ਨੇ ਜਿਹੜੀ ਦੀਖਿਆ ਹਾਸਲ ਕੀਤੀ। ਉਹਦਾ ਹੀ ਪ੍ਰਤਾਪ ਸੀ ਕਿ ਉਹ ਜਦ ਕੀਰਤਨ ਕਰਦੇ ਤਾਂ ਕੀਰਤਨ ਵਿੱਚ ਵੀ ਸਰੋਤਮਤਾ ਹੁੰਦੀ, ਫਿਰ ਜਦ ਕਦੇ ਉਹ ਕਥਾ ਕਰਦੇ ਤਾਂ ਕਥਾ ਵਿੱਚ ਵੀ ਉਹਨਾਂ ਦੀ ਜਿਹੜੀ ਸੀ ਖਾਸ ਕਰਕੇ ਤਾਰਕਿਕ ਕਿਸਮ ਦੀ, ਬਿਲਕੁਲ ਸਾਨੂੰ ਜ਼ਿੰਦਗੀ ਦੇ ਅਸਲ ਅਰਥਾਂ ਦੇ ਨੇੜੇ ਲਿਜਾਣ ਵਾਲੀ ਉਹ ਪੇਸ਼ ਕਰਦੇ। 1990 ਦੇ ਕਰੀਬ ਉਹ ਜਦੋਂ ਨਾਨਕਸਰ ਨੂੰ ਛੱਡ ਕੇ ਲੁਧਿਆਣਾ ਆ ਗਏ ਅਤੇ ਲੁਧਿਆਣਾ ਦੇ ਵਿੱਚ ਆਪਣੇ ਸੱਜਣ ਪਿਆਰਿਆਂ ਤਾਰਾ ਸਿੰਘ ਆਲਮ ਔਰ ਰਜਿੰਦਰ ਸਿੰਘ ਦੀ ਸੰਗਤ ਦੇ ਨਾਲ ਨਾਲ, ਸਾਡੇ ਨਾਲ ਵੀ ਬੜਾ ਸਨੇਹ ਪ੍ਰਚਾਰ ਪਿਆਰ ਉਹਨਾਂ ਵਕਤਾਂ 'ਚ ਰਿਹਾ ਉਹਨਾਂ ਦਾ, ਔਰ ਇੱਥੋਂ ਹੀ ਉਹ ਕਰਨਾਲ ਜ਼ਿਲ੍ਹੇ ਦੇ ਵਿੱਚ ਸਿੰਘੜੇ ਚਲੇ ਗਏ, ਜਿੱਥੇ ਉਹਨਾਂ ਨੇ ਉਸ ਬੇਆਬਾਦ ਡੇਰੇ ਨੂੰ ਇੱਕ ਹਰੇ ਭਰੇ ਇੱਕ ਰਮਣੀਕ ਥਾਂ ਦੇ ਵਿੱਚ ਤਬਦੀਲ ਕੀਤਾ, ਔਰ ਭਜਨ ਬੰਦਗੀ ਕਰਨ ਦੇ ਨਾਲ ਨਾਲ ਵਿਸ਼ਵ ਭਰ ਦੇ ਵਿੱਚ ਆਪਣੇ ਅੰਦਾਜ਼ ਨਾਲ ਆਪਣੀ ਆਵਾਜ਼ ਨਾਲ ਬਹੁਤ ਹੀ ਜ਼ਿਆਦਾ ਗੁਰਬਾਣੀ ਦਾ ਪ੍ਰਚਾਰ ਕੀਤਾ। ਸਿੰਧੀ ਸੰਗਤ ਜਿਹੜੀ ਖਾਸ ਕਰਕੇ ਮੁੰਬਈ ਦੇ ਵਿੱਚ ਜਾਂ ਗੁਜਰਾਤ ਦੇ ਵਿੱਚ, ਉਹ ਉਹਨਾਂ ਨੂੰ ਬਹੁਤ ਸਤਿਕਾਰ ਸਨੇਹ ਨਾਲ, ਕਿਉਂਕਿ ਨਾਲ ਹਿੰਦੀ 'ਚ ਵੀ ਉਹ ਕਥਾ ਕਰ ਲੈਂਦੇ ਸਨ, ਔਰ ਉਹਨਾਂ ਦਾ ਜਿਹੜਾ ਅੰਦਾਜ਼ ਸੀ ਇੰਨਾ ਮਿੱਠਾ ਸੀ ਕਿ ਉਹ ਕਿਸੇ ਹੋਰ ਦੇ ਮੁਕਾਬਲੇ ਦੇ ਵਿੱਚ ਬਿਲਕੁਲ ਹੀ ਨਿਵੇਕਲੇ ਸਨ। ਕੋਟਲਾ ਸ਼ਾਹੀਆ ਪਿੰਡ ਦੇ ਵਿੱਚ ਅੱਜ ਉਹਨਾਂ ਦੀ ਇੱਕ ਯਾਦ ਦੇ ਵਿੱਚ ਕੈਂਡਲ ਮਾਰਚ ਬਟਾਲਾ 'ਚ ਕੱਢਿਆ ਜਾ ਰਿਹਾ। ਸੁਰਜੀਤ ਸਪੋਰਟਸ ਐਸੋਸੀਏਸ਼ਨ ਦੇ ਚੇਅਰਮੈਨ ਨੂੰ ਨਾਤੇ ਮੈਂ ਉਹਨਾਂ ਦੇ ਚਰਨਾਂ 'ਚ ਆਪਣੇ ਸ਼ਰਧਾ ਦੇ ਫੁੱਲ ਵੀ ਪੇਂਟ ਕਰਦਾ, ਔਰ ਉਸ ਨੇੜਤਾ ਜਿਹੜੀ ਮੈਂ 1979 ਤੋਂ ਲੈ ਕੇ ਉਹਨਾਂ ਨਾਲ ਤੁਰਦਿਆਂ ਤੁਰਦਿਆਂ ਮਾਣੀ, ਉਸ ਦੀ ਮਹਿਕ ਸਦੀ ਵੀ ਰਹੇਗੀ। ਕਿਸਾਨ ਸੰਘਰਸ਼ ਦੇ ਹਵਾਲੇ ਨਾਲ ਉਹਨਾਂ ਨੇ ਜਿਹੜਾ ਆਪਣਾ ਪਹਿਲਾਂ 5 ਮਿੰਟ ਦਾ ਇੰਟਰਵਿਊ ਦਿੱਤਾ ਕੱਲ੍ਹ ਇੱਥੇ ਸਿੰਘੂ ਬਾਰਡਰ 'ਤੇ, ਉਸ ਤੋਂ ਬਾਅਦ ਵਿੱਚ ਉਹਨਾਂ ਨੇ ਜਿਹੜਾ ਇੱਕ ਨੋਟ ਲਿਖਿਆ, ਉਸ ਵਿੱਚ ਵੀ ਉਹੀ ਦਰਦ ਝਲਕਦਾ ਲਿਛਲਕਦਾ ਜਿਹੜਾ ਦਰਦ ਉਹਨਾਂ ਦੇ ਮਨ ਅੰਦਰ ਸੀ ਕਿ ਇਸ ਤਰ੍ਹਾਂ ਕਿਉਂ ਹੋ ਰਿਹਾ। ਉਹ ਇਸ ਅੰਦਾਜ਼ ਦੇ ਸਵਾਮੀ ਨਹੀਂ ਸਨ ਜਿਸ ਰਾਹ ਤੁਰੇ ਨੇ, ਸੋ ਮੈਨੂੰ ਲੱਗਦਾ ਕਿ ਜਿਹੜਾ ਉਹਨਾਂ ਦਾ ਆਖਰੀ ਪਲ ਹੋਏਗਾ ਉਹ ਬਿਲਕੁਲ ਫੈਸਲਾ ਕੁੰਨ ਹੋਏਗਾ, ਜਿਸ ਵਿੱਚ ਲੋਕ ਦਰਦ ਜਿਹੜਾ ਉਹ ਜ਼ਿਆਦਾ ਭਾਰੂ ਹੋ ਗਿਆ, ਔਰ ਉਹਨਾਂ ਨੇ ਆਪਣੀ ਆਹੂਤੀ ਪ੍ਰਾਣਾਂ ਦੇ ਕੇ ਸਾਨੂੰ ਉਹ ਸਬਕ ਦਿੱਤਾ ਜਿਹੜਾ ਕੋਈ ਆਤਮ ਹੱਤਿਆ ਕਰਨ ਵਾਲਾ ਨਹੀਂ ਦੇ ਸਕਦਾ। ਉਹਨਾਂ ਆਤਮ ਹੱਤਿਆ ਨਹੀਂ ਕੀਤੀ। ਮੈਂ ਤਾਂ ਘੱਟੋ ਘੱਟ ਇਸ ਗੱਲ ਨੂੰ ਇੱਕ ਸ਼ਹਾਦਤ ਵਾਂਗ ਲੈਣਾ, ਕਿਉਂਕਿ ਆਪਣੇ ਵਿਸ਼ਵਾਸ 'ਤੇ ਪਹਿਰੇਦਾਰੀ ਕਰਦਿਆਂ ਪਹਿਲਾਂ ਸਿੰਘੂ ਬਾਰਡਰ 'ਚ 2 ਵਾਰ ਜਾ ਕੇ ਉਹਨਾਂ ਨੇ ਆਪਣੀ ਸੋਲੀਡੈਰਿਟੀ ਜ਼ਾਹਰ ਕੀਤੀ, ਏਕਤਾ ਇਕਮੁੱਠਤਾ ਜ਼ਾਹਰ ਕੀਤੀ ਕਿਸਾਨ ਭਾਈਚਾਰੇ ਨਾਲ, ਔਰ ਉਸ ਤੋਂ ਬਾਅਦ ਵਿੱਚ ਉਹਨਾਂ ਨੇ ਆ ਕੇ ਆਪਣੇ ਆਪ ਨੂੰ ਜਦੋਂ ਆਪਣੇ ਵਿਹੰਗਮ ਸਾਥੀਆਂ ਤੋਂ ਨਖੇੜ ਕੇ ਆਪਣੇ ਆਪ ਨਾਲ ਇਕਰਾਰ ਕੀਤਾ, ਆਪਣੇ ਆਪ ਨਾਲ ਇੱਕ ਵਾਰਤਾਲਾਪ ਕੀਤਾ ਹੋਏਗਾ, ਆਪਣੇ ਆਪ ਨੂੰ ਫਤਿਹ ਬੁਲਾਈ ਹੋਏਗੀ, ਤਾਂ ਉਹ ਪਲ ਕਿੰਨਾ ਅਸਹਿ ਹੋਏਗਾ। ਉਸ ਤੋਂ ਪਾਰ ਜਾ ਕੇ ਉਹਨਾਂ ਨੇ ਸਾਡੇ ਵਾਸਤੇ ਉਹ ਸੰਦੇਸ਼ ਦੇ ਦਿੱਤਾ ਕਿ ਜਿਹੜੇ ਰੰਗ ਮੈਂ ਜ਼ਿੰਦਗੀ 'ਚ ਨਹੀਂ ਭਰ ਸਕਿਆ ਮੇਰੇ ਸੱਜਣੋ ਪਿਆਰਿਓ, ਮੇਰੇ ਤੋਂ ਬਾਅਦ 'ਚ ਰੰਗ ਭਰਨੇ। ਸੋ ਮੈਂ ਬਾਬਾ ਰਾਮ ਸਿੰਘ ਹੋਰਾਂ ਨੂੰ, ਨਾਨਕਸਰ ਸੰਪਰਦਾਇ ਦੇ ਸਮੂਹ ਜਿੰਨੇ ਵੀ ਉਹਨਾਂ ਦੇ ਸੰਗੀ ਨੇ, ਉਹਨਾਂ ਸਾਰਿਆਂ ਨੂੰ ਇਸ ਗੱਲ ਦੀ ਸਮਝ ਲਓ ਕਿ ਸ਼ਰਧਾਂਜਲੀ ਤਾਂ ਬਾਬਾ ਜੀ ਨੂੰ ਹੈ, ਪਰ ਮੈਂ ਕਹਿੰਦਾ ਕਿ ਉਹਨਾਂ ਨੇ ਇੱਕ ਲਾਜ ਰੱਖ ਲਈ ਉਸ ਬਾਣੀ ਦੀ, ਜਿਹੜੇ ਬਾਣੀ ਦੇ ਅਨੁਯਾਈ ਨੇ ਔਰ ਜਿਨ੍ਹਾਂ ਨੇ ਇਸ ਉਲਾਂਭੇ ਨੂੰ ਨਹੀਂ ਝੱਲਿਆ ਕਿ ਅਸੀਂ ਬਿਲਕੁਲ ਅਲੂਫ ਹਾਂ, ਅਸੀਂ ਸੁਸਾਇਟੀ ਦਾ ਹਿੱਸਾ ਹਾਂ ਔਰ ਗੁਰੂ ਨਾਨਕ ਪਾਤਸ਼ਾਹ ਦੇ ਮਾਰਗ ਦੇ ਪਾਂਧੀ ਹਾਂ, ਔਰ ਅਸੀਂ ਲੋਕਾਂ ਦੇ ਨਾਲ ਹਾਂ, ਅਸੀਂ ਹਕੂਮਤਾਂ ਨੂੰ ਆਪਣੇ ਅੰਦਾਜ਼ ਨਾਲ ਵੀ ਇਸ ਤਰ੍ਹਾਂ ਨਾਲ ਅਸਰ ਅੰਦਾਜ਼ ਕਰਨਾ ਜਾਣਦੇ ਹਾਂ। ਸੋ ਬਾਬਾ ਰਾਮ ਸਿੰਘ ਹੋਰਾਂ ਨੂੰ ਮੈਂ ਉਹਨਾਂ ਦੇ ਸਦੀਵੀ ਵਿਛੋੜੇ 'ਤੇ ਸ਼ਰਧਾ ਦੇ ਫੁੱਲ ਪੇਂਟ ਕਰਦਾ, ਔਰ ਉਹਨਾਂ ਦੀ ਅਕੀਦਤ ਦੇ ਵਿੱਚ, ਉਹਨਾਂ ਦੀ ਸਾਂਝ ਦੇ ਵਿੱਚ, ਉਹਨਾਂ ਦੇ ਦਰਦ ਭਰੇ ਵਿਛੋੜੇ ਦੇ ਵਿੱਚ ਆਪਣੇ ਆਪ ਨੂੰ ਸ਼ਾਮਿਲ ਕਰਦਾ। ਸਰਦਾਰ ਤਾਰਾ ਸਿੰਘ ਆਲਮ ਹੋਰਾਂ ਨਾਲ ਇੰਗਲੈਂਡ 'ਚ ਗੱਲ ਹੋਈ ਸਵੇਰੇ, ਉਹਨਾਂ ਨੇ ਵੀ ਬਹੁਤ ਦਰਦ ਮਨਾਇਆ, ਕਿਉਂਕਿ ਉਹਨਾਂ ਦੇ ਨਾਲ ਤਾਂ ਬਚਪਨ ਤੋਂ ਸਾਂਝ ਸੀ ਉਹਨਾਂ ਦੀ, ਔਰ ਜਿਸ ਤਰ੍ਹਾਂ ਨਾਲ ਉਹ ਗਏ ਨੇ ਮੈਨੂੰ ਲੱਗਦਾ ਕਿ ਉਹ ਅੰਬਰੋਂ ਟੁੱਟੇ ਤਾਰੇ ਵਾਂਗ ਗਏ ਨੇ। ਉਹਨਾਂ ਨੇ ਬਹੁਤ ਕੁਛ ਹਾਸਲ ਕਰ ਸਕਣਾ ਸੀ ਅਜੇ ਜ਼ਿੰਦਗੀ ਦੇ ਵਿੱਚ, ਪਰ ਉਹ ਸਾਰਾ ਪਦਾਰਥ ਹੋਣਾ ਸੀ ਪਰਮਾਰਥ ਦੇ ਪਾਂਧੀ ਦੇ ਵੱਲੋਂ। ਇਹ ਵਾਹੀ ਲਕੀਰ ਇੰਨੀ ਗੂੜੀ ਹੈ ਕਿ ਜਿਸ ਨੂੰ ਮਿਟੇਣਾ ਔਖਾ ਹੋ ਜਾਏਗਾ। ਹਕੂਮਤਾਂ ਨੂੰ ਵੀ ਚਾਹੀਦਾ ਕਿ ਇਹ ਕੁਰਬਾਨੀਆਂ
ਅਜਾਈ ਨਾ ਜਾਣ। ਜਿੰਨੀਆਂ ਜਾਨਾਂ ਜਾ ਰਹੀਆਂ ਨੇ, ਚਾਹੇ ਹਾਦਸਿਆਂ ਜਾ ਰਹੀਆਂ ਨੇ, ਚਾਹੇ ਇਸ ਅੰਦਾਜ਼ 'ਚ ਜਾ ਰਹੀਆਂ ਨੇ, ਉਹ ਜਾਨਾਂ ਇਸ ਦੇਸ਼ ਦੇ ਵਾਸੀਆਂ ਦੀਆਂ ਨੇ। ਇਸ ਕਰਕੇ ਉਸ ਪੀੜ ਨੂੰ ਸਮਝਣ ਦੀ ਲੋੜ ਹੈ। ਕਿਸਾਨ ਵੀਰ ਆਪਣੀਆਂ ਮੰਗਾਂ ਲੈ ਕੇ ਨਹੀਂ ਆਏ, ਆਪਣੀਆਂ ਲੋੜਾਂ ਦੱਸਣ ਆਏ ਨੇ, ਤੁਹਾਡੀਆਂ ਥੋੜ੍ਹਾਂ ਦੱਸਣ ਆਏ ਨੇ। ਸੋ ਲੋੜਾਂ ਅਤੇ ਥੋੜ੍ਹਾਂ ਦੀ ਪੂਰਤੀ ਟੇਬਲ ਨਹੀਂ ਕਰਨੀ ਹੈ, ਮੇਜ਼ ਨਹੀਂ ਕਰਨੀ ਹੈ। ਸੋ ਉਸ ਅੰਦਾਜ਼ ਨੂੰ ਅਪਣਾਓ। ਇਸ ਕਰਕੇ ਉਹਨਾਂ ਦੀ ਕੁਰਬਾਨੀ ਅਜਾਈ ਨਾ ਜਾਵੇ। ਅਸੀਂ ਸਾਰੇ ਉਹਨਾਂ ਦੀ ਯਾਦ ਵਿੱਚ ਨਤਮਸਤਕ ਹਾਂ, ਸਿਰ ਝੁਕਾਉਂਦੇ ਹਾਂ। ਵਾਹਿਗੁਰੂ ਜੀ ਕਾ।